ਇਕੱਠੇ ਲੱਗਦੇ ਹੋ। ਐਮ ਐਲ ਏ ਨੂੰ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਇਹਨੂੰ ਕਿਹੜਾ ਜਾਣਦੇ ਸੀ ਯਾਰ, ਇਹਦਾ ਪੱਚੀਵੇਂ ਪਿੰਡ ਦਾ ਸੀਗਾ, ਸਾਨੂੰ ਕੀ ਪਤਾ ਸੀ ਇਹੋ ਜਿਹਾ ਨਿਕਲਿਆਊ। ਐਮ ਪੀ ਨੂੰ ਵੀ ਕਹਿ ਸਕਦੇ ਹੋ ਵੀ ਕਿਹੜਾ ਪਤਾ ਸੀ ਯਾਰ, 750 ਪਿੰਡ ਆ ਯਾਰ, ਹੁਣ ਕਿਹੜਾ ਪਤਾ ਸੀ ਵੀ ਇਹੋ ਜਿਹਾ ਨਿਕਲਿਆਊ। ਜਿਹਨਾਂ ਨੂੰ ਪਿੰਡ 'ਚ ਤੁਹਾਨੂੰ ਚੁਣਿਆ, ਤੁਹਾਨੂੰ ਤਾਂ ਸਾਰੇ ਜਾਣਦੇ ਆ, ਰੋਜ਼ ਇੱਕ ਦੂਜੇ ਦੇ ਮੱਥੇ ਲੱਗਦੇ ਹੋ, ਰੋਜ਼ ਇੱਕ ਦੂਜੇ ਦੇ ਰਿਸ਼ਤੇਦਾਰੀਆਂ 'ਚ ਦੁੱਖਾਂ ਸੁੱਖਾਂ ਜਾਂਦੇ ਹੋ। ਸੋ ਤੁਸੀਂ ਤਾਂ ਸਭ ਤੋਂ ਔਰਗੈਨਿਕ ਤੁਸੀਂ ਹੋ ਲੋ ਜੋ ਲੋਕਾਂ ਨੇ ਚੁਣਿਆ, ਔਰਗੈਨਿਕ। ਸੋ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਇਸ ਕੰਮ ਲਈ, ਤੁਸੀਂ ਚੁਣੇ ਗਏ। ਅੱਜ ਸਾਰੇ ਪੰਜਾਬ ਦੇ ਵਿੱਚ ਲਗਭਗ 80,000 ਦੇ ਕਰੀਬ ਜਿਹੜੇ ਪੰਚ ਚੁਣੇ ਗਏ ਨੇ ਉਹਨਾਂ ਨੂੰ ਸਹੁੰ ਚੁਕਾਈ ਜਾਊਗੀ, ਅਤੇ ਤੁਹਾਡੇ ਕੋਲ ਸਾਰਿਆਂ ਕੋਲ ਸਹੁੰ ਚੁੱਕ ਫਾਰਮ ਪਹੁੰਚ ਗਿਆ ਹੋਣਾ ਹੈਗਾ, ਹੱਥ ਖੜੇ ਕਰ ਦਿਓ ਜਿੰਨਾ ਕੁ ਹੈਗਾ। ਅਤੇ ਇਹਦਾ ਜਿਹੜੀ ਰਸਮ ਹੈ ਕੀ ਸਭ ਤੋਂ ਪਹਿਲਾਂ ਰਾਸ਼ਟਰੀ ਗੀਤ ਹਾਂ ਹਾਂ ਕਰ ਦਿਓ ਨੂੰ, ਹਾਂਜੀ ਹੁਣ ਮਾਣਯੋਗ ਮੁੱਖ ਮੰਤਰੀ ਜੀ ਸਾਰੇ ਹੀ ਨਵੇਂ ਚੁਣੇ ਪੰਜ ਸਾਹਿਬਾਨ ਨੂੰ ਸਹੁੰ ਚੁਕਾਉਣਗੇ। ਜਿਹੜੇ ਪੰਜ ਸਾਹਿਬਾਨ ਨੇ ਉਹ ਸਾਰੇ ਖੜੇ ਹੋ ਜਾਣ, ਕਿਰਪਾ ਕਰਕੇ ਉਹ ਖੜੇ ਹੋ ਜਾਣ। ਅਤੇ ਤੁਹਾਡੇ ਕੋਲ ਸਹੁੰ ਵਾਲਾ ਜਿਹੜਾ ਕਾਗਜ਼ ਹੈ ਉਹ ਹੋਊਗਾ। ਪੰਜਾਬੀਆਂ ਕੋਲ ਤਾਂ ਇਹ ਹਰੇਕ ਕੋਲ ਹੁੰਦਾ ਹੈ, ਕਿਉਂਕਿ ਆਪਾਂ ਨੂੰ ਤਾਂ ਐਂ ਲੱਗਦਾ ਕੀ ਪਤਾ ਕਿੱਦਾਂ ਸਹੁੰ ਚੱਕਣੀ ਪੈ ਜੇ। ਸੋ ਸਾਰਿਆਂ ਨੂੰ ਵਧਾਈਆਂ। ਇਹਦੇ 'ਚ ਲਿਖਿਆ ਹੋਇਆ ਦੇਖੋ, ਮੈਂ ਉਹ ਤੋਂ ਬਾਅਦ ਖਾਲੀ ਥਾਂ ਛੱਡੀ ਹੋਈ ਹੈ, ਉਹ ਖਾਲੀ ਥਾਂ ਤੁਹਾਡੇ ਨਾਮ ਵਾਲੀ ਹੈ। ਪਹਿਲਾਂ ਮੈਂ ਕਹੂੰਗਾ, ਜਦੋਂ ਮੈਂ ਤੋਂ ਬਾਅਦ ਤੁਸੀਂ ਆਪਣਾ ਨਾਮ ਬੋਲਣਾ, ਉਹ ਤੋਂ ਬਾਅਦ ਜੋ ਮੈਂ ਬੋਲੀ ਜਾਊਂਗਾ ਪਿੱਛੇ ਪਿੱਛੇ ਤੁਸੀਂ ਬੋਲੀ ਜਾਣਾ। ਸ਼ੁਰੂ ਕਰੀ, ਮੈਂ ਆਪਣਾ ਆਪਣਾ ਨਾਮ ਲੈ ਲਓ ਸਾਰੇ। ਸੱਚੇ ਦਿਲੋਂ ਈਸ਼ਵਰ ਦੀ ਸਹੁੰ ਖਾਂਦਾ ਜਾਂ ਖਾਂਦੀ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗੀ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ। ਮੈਂ ਪੰਚ ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਾ ਪੂਰਵਕ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ। ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ, ਪੱਖਪਾਤ, ਸੰਦੇਹ ਜਾਂ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ। ਥੱਲੇ ਸਾਰਿਆਂ ਦੇ ਸਾਈਨ ਹੋ ਜਾਣਗੇ। ਬਹੁਤ ਬਹੁਤ ਤੁਹਾਨੂੰ ਵਧਾਈਆਂ। ਹੁਣ ਤੁਸੀਂ ਮੋਹਰਾਂ ਤਾਂ ਮੈਨੂੰ ਲੱਗਦਾ ਬਣਾ ਲਈਆਂ ਹੋਣੀਆਂ, ਕਈ ਤਾਂ ਗੀਜੇ 'ਚ ਪਾਈ ਫਿਰਦੇ ਹੋਣਗੇ, ਹੁਣ ਲਾਉਣੀਆਂ ਸ਼ੁਰੂ ਕਰ ਦਿਓ, ਕਿਉਂਕਿ ਸਰਪੰਚਾਂ ਨੂੰ ਸਹੁੰ ਪਹਿਲਾਂ ਹੋ ਗਈ, ਪੰਚ ਅੱਜ ਹੋ ਗਏ, ਪੰਚਾਇਤ ਕੰਪਲੀਟ ਹੋ ਗਈ। ਜਾਣ ਸਾਰ ਪਹਿਲੇ ਹੀ ਮਤਾ ਪਿੰਡ ਦੇ ਵਿਕਾਸ ਦਾ ਪਾਓ। ਕਿਸੇ ਦਾ ਕੋਈ ਸ਼ਗਨ ਸਕੀਮ ਦੇ ਪੈਸੇ ਰਹਿੰਦੇ ਨੇ, ਕਿਸੇ ਦੇ ਕੋਈ ਗਰੀਬਾਂ ਦੇ ਕੰਮ ਹੋਣ ਵਾਲੇ ਰਹਿੰਦੇ ਨੇ, ਕਿਸੇ ਦੇ ਘਰ ਦੀ ਛੱਤ ਪੈਣ ਵਾਲੀ ਹੈ ਗਰੀਬਾਂ ਦੇ, ਜੋ ਗੌਰਮੈਂਟ ਦੀਆਂ ਸਕੀਮਾਂ ਨੇ। ਮੈਂ ਨਹੀਂ ਚਾਹੁੰਦਾ ਕਿ ਇੱਕ ਵੀ ਸਕੀਮ ਜਿਹੜੀ ਹੈ ਉਹ ਤੁਹਾਡਾ ਪਿੰਡ ਅੱਜ ਵਾਂਝਾ ਰਹਿ ਜੇ। ਅੱਜ ਵਰਤੋ ਆਪਣੀ ਨੇ ਸਾਰੇ ਕੋਲ। ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਹਿਲਾਂ, ਅਤੇ ਮੇਰੇ ਵੱਲੋਂ ਇੱਕ ਵਾਰੀ ਫਿਰ
ਜਿੰਨੇ ਵੀ ਤੁਸੀਂ ਇੱਥੇ ਚੱਲ ਕੇ ਆਏ ਹੋ, ਭਾਰਤ ਦੇ ਸੰਵਿਧਾਨ ਚੱਲਿਆ ਹੋਇਆ ਕਿ ਕਦਮ ਸਾਡੇ ਸਿਰ ਮੱਥੇ ਹੈ ਲੋਕਤੰਤਰ। ਮੈਨੂੰ ਬਹੁਤ ਖੁਸ਼ੀ ਅੱਜ ਮੈਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਸਾਡੇ ਆਪਣੇ ਚੁਣੇ ਹੋਏ ਪੰਚਾਂ ਸਰਪੰਚਾਂ ਨੂੰ ਮਿਲ ਵੀ ਰਿਹਾ ਤੇ ਸੌਂਪ ਚੁਕਾ ਕੇ ਉਹਨਾਂ ਦੇ ਫਰਜ਼ਾਂ ਨੂੰ ਨਿਭਾਉਣ ਦੀ ਮੈਂ ਜਿਹੜੀ ਸੇਵਾ ਲੋਕਾਂ ਦੁਆਰਾ ਚੁਣੇ ਹੋਏ ਲੱਗੀ ਹੈ ਮੇਰੇ ਜਿਵੇਂ ਉਹ ਨਿਭਾ ਰਿਹਾ। ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਵਧਾਈਆਂ, ਪਰਿਵਾਰਾਂ ਨੂੰ ਵਧਾਈਆਂ। ਬਸ ਹੁਣ ਤੋਂ ਬਾਅਦ ਪੰਚਾਇਤਾਂ ਜਿਹੜੀਆਂ ਨੇ ਉਹ ਕੰਮ ਸ਼ੁਰੂ ਕਰ ਦਿਓ, ਪੈਸੇ ਦੀ ਕੋਈ ਕਮੀ ਨਹੀਂ ਆਊਗੀ, ਸਿੱਧੇ ਆ ਜਾਓ। ਜੇ ਕੋਈ ਕਾਂਗਰਸ ਵਾਲੇ ਵੀ ਹੋਏ ਜਾਂ ਕਿਸੇ ਹੋਰ ਪਾਰਟੀ ਦੇ ਹੋਏ, ਇਸ ਗੱਲੋਂ ਨਾ ਡਰਿਓ ਕੋਈ ਯਾਰ ਪਤਾ ਨਹੀਂ। ਨਾਲ ਦੀ ਨਾਲ ਸੰਗਰੂਰ ਤੇ ਧੂਰੀ ਇਲਾਕੇ ਦਾ ਮੀਡੀਆ ਜਿਹਦੇ ਵਿੱਚ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ, ਜਿਨ੍ਹਾਂ ਨੇ ਅੱਜ ਦੇ ਇਸ ਪੂਰੇ ਸਮਾਗਮ ਨੂੰ ਪੂਰੀ ਦੁਨੀਆ ਦੇ ਵਿੱਚ ਪ੍ਰਸਾਰਿਤ ਕਰਨਾ, ਸਾਰੇ ਸਾਡੇ ਮਿੱਤਰ ਹੀ ਨੇ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਨਾਲ ਸਟੇਜ ਦੇ ਉੱਤੇ ਬੈਠੇ ਡਿਪਟੀ ਕਮਿਸ਼ਨਰ ਸੰਗਰੂਰ